ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ਤੇ ਨਿਸ਼ਾਨੇ ਸਾਧੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਾਂਗਰਸ ਦੇ ਰਾਜ ਵਿੱਚ ਸੂਬੇ ਵਿੱਚ ਅਮਨ ਵਿਰੋਧੀ ਵਾਰਦਾਤਾਂ ਵਿੱਚ ਇਜ਼ਾਫਾ ਹੋਇਆ ਹੈ। ਇਸ ਤਰ੍ਹਾਂ ਕਿਹਾ ਉਹਨਾਂ ਕਿ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿੱਚ ਸੁਧਾਰ ਕਰੇ। ਉਹਨਾਂ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਧਕ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਚੀਮਾ ਮੁਤਾਬਕ ਇੱਕ ਮਹੀਨੇ ਦੇ ਅੰਦਰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਹੇਠਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਨਵੇਂ ਸਿਰੇ ਗਠਿਤ ਕੀਤਾ ਜਾਵੇਗਾ। ਔਰ ਦੂਸਰਾ, ਜਿਹੜੀਆਂ ਚੁਣੀਆਂ ਹੋਈਆਂ ਸੰਸਥਾਵਾਂ ਸੀ, ਉਹਨਾਂ ਦੇ ਜਿਹੜੇ ਨੁਮਾਇੰਦੇ ਆ, ਚਾਹੇ ਕਮੇਟੀਆਂ ਦੇ ਪ੍ਰਧਾਨ ਆ, ਚਾਹੇ ਬੈਂਕਾਂ ਦੇ ਚੇਅਰਮੈਨ ਆ, ਜਾਂ ਟਰੱਕ ਯੂਨੀਅਨ ਆ, ਜਾਂ ਇਸ ਤਰ੍ਹਾਂ ਕੋਈ ਹੋਰ ਅਦਾਰਾ, ਜਿੱਥੇ ਕਿਤੇ ਵੀ ਅਕਾਲੀ ਆਗੂ ਜਿਹੜਾ ਚੁਣ ਕੇ ਬਣਿਆ ਹੋਇਆ, ਉਹਨੂੰ ਵੀ ਪ੍ਰੈਸ਼ਰ ਪਾ ਕੇ ਉਹਦੇ 'ਤੇ ਝੂਠੇ ਕੇਸ ਦਰਜ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤਾਰਨ ਦੀ। ਸੋ ਇਹ ਡੈਮੋਕ੍ਰੇਸੀ ਦਾ ਵੀ ਮਰਡਰ ਹੈ ਅਤੇ ਵੈਸੇ ਵੀ ਸਾਡੇ ਵਰਕਰਾਂ ਦੇ ਮਰਡਰ ਹੋ ਰਹੇ, ਦੋਨੇ ਤਰੀਕੇ ਦੇ ਨਾਲ ਨੁਕਸਾਨ ਪਹੁੰਚ ਰਿਹਾ। ਸੋ ਸਰਕਾਰ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਲਾਅ ਐਂਡ ਆਰਡਰ ਦਾ ਬਹੁਤ ਮਾੜਾ ਹਾਲ ਪੰਜਾਬ 'ਚ ਹੋ ਗਿਆ, ਕਿਤੇ ਵਰਕਰਾਂ 'ਤੇ ਅਟੈਕ ਹੋ ਰਹੇ, ਕਿਤੇ ਬੈਂਕਾਂ ਦੀਆਂ ਵੈਨਾਂ ਲੁੱਟੀਆਂ ਜਾ ਰਹੀਆਂ, ਕਿਤੇ ਗੈਂਗਵਾਰ ਹੋ ਰਹੀ ਹੈ।